ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਅਸਲਾਮ ਅਲੈਕਮ ਵੀਵਰਸ ਕੀ ਹਾਲ ਨਮੀਦ ਸਾਰੇ ਠੀਕ ਹੋਣਗੇ ਅੱਲਾਹ ਤਾਲਾ ਸਾਰਿਆਂ ਨੂੰ ਆਪਣੇ ਘਰਾਂ ਚ ਖੁਸ਼ ਰੱਖੇ ਆਬਾਦ ਰੱਖੇ ਆਮੀਨ ਸੁਮ ਆਮੀਨ ਜਿੱਥੇ ਵੀਵਰਸ ਇੱਥੇ ਮੈਂ ਤਕਰੀਬਨ 2 ਲੀਟਰ ਪਾਣੀ ਬਾਇਲ ਕਰ ਲਈ ਰੱਖਿਆ ਵਾ ਤੇ ਇਹਦੇ ਵਿੱਚ ਨਮਕ ਮਿਰਚ ਤੇ ਹਲਦੀ ਸ਼ਾਮਲ ਕੀਤੀ ਹੈ ਤੇ ਨਾਲ ਥੋੜਾ ਜਿਹਾ ਲਸਣ ਸਾਬਤ ਸ਼ਾਮਲ ਕੀਤਾ ਵਾ ਅੱਜ ਆਪਾਂ ਬਣਾ ਲੱਗੇ ਆ ਸਾਬਤ ਮਸੂਰ ਇੱਕ ਤੇ ਲਾਲ ਦਾਲ ਹੁੰਦੀ ਨਾ ਮਸੂਰ ਦੀ ਕਿ ਜਿਹੜੇ ਸਾਬਤ ਮਸੂਰ ਹੁੰਦੇ ਆ ਬਹੁਤ ਹੀ ਮਜ਼ੇ ਤੇ ਬਣਦੇ ਆ ਗਰਮੀ ਦੇ ਮੌਸਮ ਦੇ ਵਿੱਚ ਤੇ ਬਹੁਤ ਹੀ ਮਜ਼ੇ ਤੇ ਲੱਗਦੇ ਆ ਪਾਣੀ ਜਦੋਂ ਆਪਣਾ ਅੱਛੇ ਤਰੀਕੇ ਨਾਲ ਬੋਇਲ ਹੋ ਜਾਏਗਾ ਤੇ ਆਪਾਂ ਆਪਣੇ ਮਸਰ ਜਿਹੜੀ ਆ ਇਹਦੇ ਵਿੱਚ ਸ਼ਾਮਿਲ ਕਰ ਦਿਆਂਗੇ ਤੁਹਾਨੂੰ ਵੀਡੀਓ ਚੰਗੀ ਲੱਗੇ ਤੇ ਤੁਸੀਂ ਇਹਨੂੰ ਲਾਈਕ ਤੇ ਸ਼ੇਅਰ ਸਿਰ ਨੂੰ ਕਰਿਆ ਜੇ ਚੈਨਲ ਤੇ ਨਵੇਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾ ਜੇ ਨਾਲ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਆ ਜੇ ਤਾਂ ਕਿ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਪਾਣੀ ਜਦ ਅੱਛੇ ਤਰੀਕੇ ਦੇ ਨਾਲ ਬੋਇਲ ਆ ਚੁੱਕਿਆ ਵਾ ਹੋਰ ਕੋਈ ਇਹਦੇ ਵਿੱਚ ਆਪਾਂ ਮਸਾਲੇ ਨਹੀਂ ਪਾਣੇ ਨਾ ਜ਼ੀਰਾ ਨਾ ਸੁੱਕਾ ਧਨੀਆ ਵਗੈਰਾ ਕੋਈ ਚੀਜ਼ ਵੀ ਸ਼ਾਮਿਲ ਨਹੀਂ ਕਰਨੀ ਬਹੁਤ ਹੀ ਕਮ ਮਸਾਲਿਆਂ ਦੇ ਨਾਲ ਬਹੁਤ ਹੀ ਜ਼ਬਰਦਸਤ ਹੈ ਆਪਣਾ ਅਜਮਸਲ ਦਾ ਸਾਲਨ ਬਨੇਗਾ ਤੁਸੀਂ ਵੀ ਜ਼ਰੂਰ ਇਸੇ ਰੈਸিপি ਨੂੰ ਟਰਾਈ ਕਰਿਆ ਜੇ ਤਾਂ ਕਿ ਤੁਹਾਡਾ ਸਾਲਨ ਵੀ ਮਸੇਦਾਬਾ ਬਨੇ ਇਨ ਕੇਸ 'ਚ ਤੁਹਾਡਾ ਪਾਣੀ ਠੀਕ ਨਹੀਂ ਹੈਗਾ ਤੇ ਤੁਸੀਂ ਫਿਰ ਨਮਕ ਜਿਹੜਾ ਵਾ ਉਹ ਪਹਿਲੇ ਸ਼ਾਮਿਲ ਨਾ ਕਰਿਓ ਤੇ ਇਸ ਤਰ੍ਹਾਂ ਫਿਰ ਮਸਲ ਜਲਦੀ ਗਲਦੇ ਨਹੀਂਗੇ ਨਮਕ ਤੁਸੀਂ ਐਂਡ ਤੇ ਸ਼ਾਮਿਲ ਕਰਿਓ ਬਿਸਮਿਲਲਾਹਿ ਰਹਿਮਾਨਿ ਰਹੀਮ ਮਸਲ ਮੈਂ ਇਹਦੇ ਵਿੱਚ ਸ਼ਾਮਿਲ ਕਰ ਦਿੱਤੇ ਉਬਲਦੇ ਹੋਏ ਪਾਣੀ ਦੇ ਵਿੱਚ ਇਨੂੰ ਹੁਣ ਆਪਾਂ ਲਿੜ ਲਾ ਦਿਆਂਗੇ ਸਾਡਾ ਪਾਣੀ ਕੁਛ ਠੀਕ ਨਹੀਂ ਹੈਗਾ ਤੇ ਉਹ ਫਿਰ ਦਾਲਾਂ ਵਗੈਰਾ ਅੱਛੇ ਠੀਕ ਇਹਨਾਂ ਗਲਦੀਆਂ ਨਹੀਂ ਇਸ ਲਈ ਮਸਰਾਂ ਨੂੰ ਮੈਂ ਧੋਣ ਦੀ بجائے ਗਿੱਲੇ ਕੱਪੜੇ ਦੇ ਨਾਲ ਅੱਛੇ ਤਰੀਕੇ ਦੇ ਨਾਲ ਸਾਫ਼ ਕਰਕੇ ਤੇ ਪੰਖੇ નીચે ਸੁੱਕ ਕਰ ਲਿਆ ਸੀ ਤੇ ਫਿਰ ਇਹਦੇ ਵਿੱਚ ਸ਼ਾਮਲ ਕੀਤੇ ਸੀ ਤਾਂ ਕਿ ਮਿੱਟੀ ਵਗੈਰਾ ਉੱਪਰੋਂ ਉੱਤਰ ਜਾਵੇ ਜੇ ਪਹਿਲੇ ਉਹਨਾਂ ਨੂੰ ਧੋ ਲੈਣੀ ਆ ਤੇ ਫਿਰ ਉਹ ਅਕਸਰ ਹੀ ਸਾਡੇ ਮਸਰ ਜਿਹੜੀ ਆ ਉਹ ਗਲਦੇ ਨਹੀਂ ਇਸ ਲਈ ਮੈਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਪਾਇਆ ਵਾਂਜ ਤੁਹਾਡੇ ਪਾਣੀ ਠੀਕ ਹੈਗਾ ਵਾ ਤੇ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਧੋ ਕੇ ਅੱਛੇ ਤਰੀਕੇ ਦੇ ਨਾਲ ਵਾਸ਼ ਕਰਕੇ ਤੇ ਤੁਸੀਂ ਵਿੱਚ ਸ਼ਾਮਲ ਕਰ ਸਕਦੇ ਹੋ ਤੇ ਇਹ ਦੇਖੋ ਇਹਨੂੰ ਆਪਾਂ ਲਿਡ ਲਾ ਦਿੱਤਾ ਸੀ ਤਕਰੀਬਨ 10 ਮਿੰਟ ਬਾਅਦ ਮਸਲਾਂ ਦੀ ਕੰਡੀਸ਼ਨ ਜ਼ਬਰਦਸਤ ਜੇ ਗਲ ਚੁਕੇ ਆ ਤੇ ਹੁਣ ਆਪਾਂ ਤੜਕਾ ਤਿਆਰ ਕਰਾਂਗੇ ਤੜਕਾ ਵੀ ਕੋਈ ਆਪਾਂ ਬਹੁਤ ਜ਼ਿਆਦਾ ਚੀਜ਼ਾਂ ਦਾ ਨਹੀਂ ਕਰਾਂਗੇ ਬਹੁਤ ਹੀ ਆਸਾਨ ਜਿਹਾ ਤੇ ਸਾਦਾ ਜਿਹਾ ਤੜਕਾ ਹੋਏਗਾ ਆਪਣਾ ਤੇ ਮਦਸੀ ਗਹੀ ਲਿਆ ਲਿਆ ਮੈਂ ਤਕਰੀਬਨ ਅੱਧਾ ਕੱਪ ਲਿਆ ਵਾ ਇਦੇ ਵਿੱਚ ਕਟਿਆ ਹੋਇਆ ਕੁੱਟਿਆ ਹੋਇਆ ਨਹੀਂ ਕਟਿਆ ਹੋਇਆ ਲਸਣ ਤੁਸੀਂ ਸ਼ਾਮਿਲ ਕਰ ਦੇਣਾ ਵਾ ਬਿਲਕੁਲ ਬਾਰੀਕ ਚੋਪ ਕੀਤਾ ਹੋਇਆ ਲਸਣ ਦਾ ਤੜਕਾ ਜਿਹੜਾ ਵਾ ਉਹ ਮਸਰਾਂ ਦਾ ਸਾਲਨ ਦਾ ਟੇਸਟ ਹੋਰ ਜ਼ਿਆਦਾ ਵਧਾ ਦਿੰਦਾ ਵਾ ਵੈਸੇ ਤੇ ਪਿਆਜ਼ ਦਾ ਤੜਕਾ ਵੀ ਲਾਇਆ ਜਾਂਦਾ ਵਾ ਲੇਕਿਨ ਮਸਰ ਦਾ ਤੜਕਾ ਜਿਹੜਾ ਵਾ ਉਹ ਜ਼ਿਆਦਾ ਮਜ਼ੇਦਾਰ ਲੱਗਦਾ ਵਾ ਇਹਨੂੰ ਥੋੜਾ ਜਿਹਾ ਆਪਾਂ ਇਹਦਾ ਕੱਚਾਪਨ ਖਤਮ ਕਰਾਂਗੇ ਬਿਲਕੁਲ ਮਸਰਾਂ ਨੂੰ ਜਲਾਉਣਾ ਨਹੀਂ ਜੇ ਜ਼ਿਆਦਾ ਜਲ ਜਾਣਗੇ ਤੇ ਫਿਰ ਟੇਸਟ ਕੜਵਾ ਆਏਗਾ रेसिपी जरूर ट्राई करया करो मेरी रेसिपी सादा जरूर होती है लेकिन टेस्ट ਨਾਲ भरपूर ਹੁੰਦੀ ਹੈ ਤੇ ਹੁਣ ਆਪਾਂ ਤੜਕੇ ਦੇ ਵਿੱਚ ਇਹਦੇ ਵਿੱਚ ਆਪਾਂ ਥੋੜਾ ਜਿਹਾ ਜਿਹੜਾ ਵਾ ਜੀਰਾ ਸਾਬਤ ਤੇ ਥੋੜਾ ਜਿਹਾ ਗਰਮ ਮਸਾਲਾ ਪੀਸਿਆ ਹੋਇਆ ਸ਼ਾਮਿਲ ਕਰ ਦਿੱਤਾ ਵਾ ਪਹਿਲੇ ਨਹੀਂ ਤੁਸੀਂ ਸ਼ਾਮਿਲ ਕਰਨਾ ਸੀ ਇੱਥੇ ਤੜਕੇ ਦੇ ਵਿੱਚ ਕਰਨਾ ਬਿਸਮਿਲਲਾਹਿ ਰਹਿਮਾਨIRਹੀਮ ਤੇ ਆਪਾਂ ਤੜਕਾ ਲਾ ਦਿੱਤਾ ਤੇ ਜ਼ਬਰਦਸਤ ਜਾਂ ਸਾਬਤ ਮਸਲ ਦਾ ਸਾਲਨ ਆਪਣਾ ਤਿਆਰ ਹੋ ਗਿਆ ਖੁਸ਼ਬੂ ਵੀ ਬੜੀ ਜ਼ਬਰਦਸਤ ਆ ਰਹੀ ਹੈ ਬਾਕੀ ਆਪਾਂ ਇਹਦੇ ਵਿੱਚ ਪਿਆਜ਼ ਟਮਾਟਰ ਵਗੈਰਾ ਦਾ ਕੋਈ ਆਪਾਂ ਇਸਤੇਮਾਲ ਨਹੀਂ ਕੀਤਾ ਸਬਜ਼ ਮਿਰਚ ਦਾ ਵੀ ਇਸਤੇਮਾਲ ਨਹੀਂ ਕੀਤਾ ਤੇ ਇਹ ਦੇਖੋ ਥੋੜਾ ਜਿਹਾ ਪਾਣੀ ਫੀਲ ਹੋ ਰਿਹਾ ਵਾ ਤੇ ਨੂੰ ਇੱਕ ਦੋ ਮਿੰਟ ਲਈ ਹੋਰ ਪਕਾ ਲਿਆ ਤੇ ਹੁਣ ਦੀ ਆਪਾਂ ਸਰਵ ਕਰ ਲਿਆ ਇਹਨੂੰ ਦੇਖੋ ਮਾਸ਼ਾਅੱਲਾ ਜ਼ਬਰਦਸਤ ਜੀ ਫਾਈਨਲ ਲੁੱਕ ਹੁਣ ਇਹਦੇ ਵਿੱਚ ਆਪਾਂ ਸਰਵ ਕਰਨ ਲੱਗਿਆਂ ਇੱਕ ਦਫ਼ਾ ਹੋਰ ਇਹਦੇ ਵਿੱਚ ਥੋੜਾ ਜਿਹਾ ਦੇਸੀ ਘੀਏ ਸ਼ਾਮਿਲ ਕਰਾਂਗੇ ਬਿਸਮਿਲਲਾ ਰਹਿਮਾਨੀ ਰਹੀਮ ਦੇਸੀ ghee ਦੇ ਨਾਲ ਮਸਲਾਂ ਦਾ ਜਿਹੜਾ ਸਾਈਕਾ ਵਾ ਉਹ ਬਹੁਤ ਹੀ ਜ਼ਬਰਦਸਤ ਲੱਗਦਾ ਵਾ ਬਹੁਤ ਹੀ ਮਜ਼ੇਦਾਰ ਲੱਗਦਾ ਵਾ ਵੈਸੇ ਵੀ ਦਾਲਾ ਵਗੈਰਾ ਜਿਹੜੀਆਂ ਵਾ ਉਹ ਖੁਸ਼ਕ ਤਸੀਰ ਰੱਖਦੀਆਂ ਵਾ ਕੁਝ ਦਾਲਾਂ ਤੇ ਤੁਸੀਂ ਦਾਲਾਂ ਦੇ ਵਿੱਚ ਦੇਸੀ ghee ਵਗੈਰਾ ਪਾ ਕੇ ਖਾਇਆ ਕਰੋ ਤਾਂ ਕਿ ਕੁਝ ਲੋਕਾਂ ਨੂੰ ਕਬਜ਼ ਹੋ ਜਾਂਦੀ ਹੈ ਦਾਲਾਂ ਖਾ ਕੇ ਤੇ ਇਹ ਮਸਲਾ ਫਿਰ ਉਹਦੇ ਨਾਲ ਨਹੀਂ ਹੋਏਗਾ ਜੇ ਤੁਸੀਂ ਥੋੜਾ ਜਿਹਾ ਦੇਸੀ ghee ਪਾ ਕੇ ਖਾਓ ਸਾਲਣ ਦੇ ਵਿੱਚ ਦਾਲ ਦੇ ਵਿੱਚ ਖਸੂਸੀ ਤੌਰ ਤੇ ਤੇ ਵੈਸੇ ਵੀ ਜੇ ਸਾਲਣ ਦੇ ਵਿੱਚ ਬੱਚਿਆਂ ਨੂੰ ਦੇਸੀ ghee ਪਾ ਕੇ ਦਿਓ ਤੇ ਬੱਚਿਆਂ ਦੀਆਂ ਹੱਡੀਆਂ ਮਜ਼ਬੂਤ ਹੋਣਗੀਆਂ